ਅਕਾਲ ਬੱਚਿਓ, ਤੁਸੀਂ ਸਾਰੇ ਕਿਵੇਂ ਹੋ? ਅਸੀਂ ਠੀਕ ਹਾਂ ਜੀ। ਬੱਚਿਓ, ਤੁਹਾਡੇ ਸਕੂਲ ਵਿੱਚ ਪੇਪਰ ਹੋ ਗਏ? ਹਾਂ ਜੀ, ਪੇਪਰ ਬਹੁਤ ਵਧੀਆ ਹੋ ਗਏ। ਮਾਮਾ ਜੀ, ਤੁਸੀਂ ਝੋਲੇ ਵਿੱਚ ਕੀ ਲਿਆਏ ਹੋ? ਮੈਨੂੰ ਲੱਗਦਾ ਝੋਲੇ ਵਿੱਚ ਸਾਡੇ ਲਈ ਕੋਈ ਚੀਜ਼ ਹੈ। ਹਾਂ ਜੀ, ਝੋਲੇ ਵਿੱਚ ਅੰਬ ਹਨ। ਫਲ ਖਾਣੇ ਸਾਡੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ। ਸਾਨੂੰ ਹਮੇਸ਼ਾ ਅੰਬਾਂ ਨੂੰ ਧੋ ਕੇ ਖਾਣਾ ਚਾਹੀਦਾ ਹੈ। ਅਵਨੀਤ ਬੇਟਾ, ਤੁਸੀਂ ਸਾਰੇ ਅੰਬਾਂ ਨੂੰ ਧੋ ਕੇ ਮੇਰੇ ਕੋਲ ਲੈ ਆਓ। ਮਾਮਾ ਜੀ, ਹਰਜੀਤ ਹਮੇਸ਼ਾ ਸਾਡੇ ਤੋਂ ਵੱਧ ਚੀਜ਼ਾਂ ਲੈ ਜਾਂਦਾ ਹੈ। ਮੈਂ ਸਾਰੇ ਅੰਬ ਤੁਹਾਨੂੰ ਵੰਡ ਕੇ ਦਿੰਦਾ ਹਾਂ। ਤਰਲੀਨ ਬੇਟਾ, ਤੁਸੀਂ ਸਾਰੇ ਅੰਬਾਂ ਦੀ ਗਿਣਤੀ ਕਰੋ। ਤਿੰਨ ਬੱਚਿਆਂ ਵਿੱਚ ਵੰਡੀਏ। ਤਰਲੀਨ ਬੇਟਾ, ਤੁਸੀਂ ਇੱਕ ਇੱਕ ਅੰਬ ਸਾਰਿਆਂ ਨੂੰ ਦੇ ਦੇਵੋ। 12 ਅੰਬਾਂ ਵਿੱਚੋਂ ਇੱਕ ਇੱਕ ਅੰਬ ਤਿੰਨ ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 9 ਮੈਂ ਸਾਰੇ ਬੱਚਿਆਂ ਨੂੰ ਇੱਕ ਇੱਕ ਅੰਬ ਹੋਰ ਦਿੱਤਾ। 9 ਅੰਬਾਂ ਵਿੱਚੋਂ ਇੱਕ ਇੱਕ ਅੰਬ ਤਿੰਨਾਂ ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 6 ਅੰਬ। ਮੈਂ ਸਾਰੇ ਬੱਚਿਆਂ ਨੂੰ ਇੱਕ ਇੱਕ ਅੰਬ ਹੋਰ ਦਿੱਤਾ। 6 ਅੰਬਾਂ ਵਿੱਚੋਂ ਇੱਕ ਇੱਕ ਅੰਬ ਤਿੰਨਾਂ ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 3 ਅੰਬ। ਕੀ ਤਿੰਨਾਂ ਬੱਚਿਆਂ ਨੂੰ ਇੱਕ ਇੱਕ ਅੰਬ ਆ ਸਕਦਾ ਹੈ? ਹਾਂ ਜੀ। ਮੈਂ ਸਾਰੇ ਬੱਚਿਆਂ ਨੂੰ ਇੱਕ ਇੱਕ ਅੰਬ ਹੋਰ ਦਿੱਤਾ ਤਾਂ ਮੇਰੇ ਕੋਲ ਹੁਣ ਕਿੰਨੇ ਅੰਬ ਬਚੇ? ਕੋਈ ਨਹੀਂ। ਹੁਣ ਤੁਸੀਂ ਸਾਰੇ ਆਪਣੇ ਆਪਣੇ ਅੰਬਾਂ ਦੀ ਗਿਣਤੀ ਕਰੋ। 4 ਅੰਬ। ਦੇਖੋ, ਹਰੇਕ ਬੱਚੇ ਨੂੰ 4-4 ਅੰਬ ਮਿਲੇ, ਇਸ ਲਈ 12 ÷ 3 = 4। ਭਾਗ ਦਾ ਮਤਲਬ ਵਾਰ ਵਾਰ ਘਟਾਉਣਾ ਜਾਂ ਬਰਾਬਰ ਬਰਾਬਰ ਵੰਡਣਾ। ਨਾਨੀ ਜੀ, ਤੁਸੀਂ ਸਾਡੇ ਲਈ ਕੀ ਲਿਆਏ ਹੋ? ਮੈਂ ਤੁਹਾਡੇ ਲਈ ਗੁਬਾਰੇ ਲਿਆਈ ਹਾਂ। ਗੁਬਾਰਿਆਂ ਨੂੰ 5 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡੀਏ। ਜਸਪ੍ਰੀਤ ਬੇਟਾ, ਤੁਸੀਂ 20 ਗੁਬਾਰਿਆਂ ਨੂੰ 5 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡੋ। 20 ਗੁਬਾਰਿਆਂ ਵਿੱਚੋਂ ਇੱਕ ਇੱਕ ਗੁਬਾਰਾ 5 ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 15 ਗੁਬਾਰੇ। ਤੁਸੀਂ ਇੱਕ ਇੱਕ ਗੁਬਾਰਾ ਸਾਰਿਆਂ ਨੂੰ ਦੇ ਦੇਵੋ। 15 ਗੁਬਾਰਿਆਂ ਵਿੱਚੋਂ ਇੱਕ ਇੱਕ ਗੁਬਾਰਾ 5 ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 10 ਗੁਬਾਰੇ। ਮੈਂ ਇੱਕ ਇੱਕ ਗੁਬਾਰਾ ਸਾਰੇ ਬੱਚਿਆਂ ਨੂੰ ਦਿੰਦਾ ਹਾਂ। 10 ਗੁਬਾਰਿਆਂ ਵਿੱਚੋਂ ਇੱਕ ਇੱਕ ਗੁਬਾਰਾ 5 ਬੱਚਿਆਂ ਨੂੰ ਦਿੱਤਾ ਤਾਂ ਬਾਕੀ ਕਿੰਨੇ ਬਚੇ? 5 ਗੁਬਾਰੇ। ਸਾਰੇ ਬੱਚਿਆਂ ਨੂੰ ਇੱਕ ਇੱਕ ਗੁਬਾਰਾ ਦਿੱਤਾ ਤਾਂ ਬਾਕੀ ਕਿੰਨੇ ਬਚੇ? ਕੋਈ ਨਹੀਂ। ਹੁਣ ਤੁਸੀਂ ਸਾਰੇ ਆਪਣੇ ਆਪਣੇ ਗੁਬਾਰਿਆਂ ਦੀ ਗਿਣਤੀ ਕਰੋ। 4 ਗੁਬਾਰੇ। ਦੇਖੋ,
ਹਰੇਕ ਬੱਚੇ ਨੂੰ ਚਾਰ ਚਾਰ ਗੁਬਾਰੇ ਮਿਲੇ। ਇਸ ਲਈ 20 ਭਾਗ 5 ਬਰਾਬਰ 4। ਭਾਗ ਦਾ ਮਤਲਬ ਵਾਰ ਵਾਰ ਘਟਾਉਣਾ ਜਾਂ ਬਰਾਬਰ ਵੰਡਣਾ ਹੈ। ਕਰੰਸੀ ਨੋਟਾਂ ਨਾਲ ਗੁਣਾ ਕਰਨੀ ਸਿੱਖ ਲਈ ਹੈ। ਅੱਜ ਮੈਂ ਤੁਹਾਨੂੰ ਇੱਕ ਨਵੀਂ ਖੇਡ ਖਿਡਾਵਾਂਗਾ। ਸਰ, ਅੱਜ ਅਸੀਂ ਕੀ ਖੇਡਣਾ ਹੈ? ਅੱਜ ਅਸੀਂ ਕਰੰਸੀ ਨੋਟਾਂ ਨਾਲ ਵੰਡਣਾ ਸਿੱਖਾਂਗੇ। ਅਸੀਂ 1, 2, 5 ਅਤੇ 10 ਦੇ ਕਰੰਸੀ ਨੋਟਾਂ ਦੀ ਵਰਤੋਂ ਕਰਾਂਗੇ। ਮੇਰੇ ਕੋਲ 16 ਰੁਪਏ ਹਨ। ਦੋ ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣੇ ਹਨ। ਦੱਸੋ ਹਰੇਕ ਨੂੰ ਕਿੰਨੇ ਰੁਪਏ ਆਉਣਗੇ? ਪਤਾ ਨਹੀਂ। ਜਸਵੀਰ, ਤਲਵੀਰ ਅਤੇ ਬਲਵੀਰ, ਤੁਸੀਂ ਅੱਗੇ ਆਓ। ਬਲਵੀਰ ਬੇਟਾ, ਤੁਸੀਂ ਦਿੱਤੇ ਹੋਏ ਕਰੰਸੀ ਨੋਟਾਂ ਵਿੱਚੋਂ 16 ਰੁਪਏ ਚੁੱਕੋ ਅਤੇ ਇਹਨਾਂ ਨੂੰ ਜਸਵੀਰ ਅਤੇ ਤਲਵੀਰ ਵਿੱਚ ਵੰਡੋ। ਤੁਸੀਂ ਦੋਵੇਂ ਬੱਚਿਆਂ ਨੂੰ 10-10 ਰੁਪਏ ਦੇ ਸਕਦੇ ਹੋ? ਨਹੀਂ ਸਰ, 10 ਅਤੇ 10 ਵੀ ਇਹ ਤਾਂ 16 ਤੋਂ ਵੱਧ ਹੋ ਜਾਣਗੇ। ਕੀ ਤੁਸੀਂ ਦੋਵੇਂ ਬੱਚਿਆਂ ਨੂੰ 5-5 ਰੁਪਏ ਦੇ ਸਕਦੇ ਹੋ? 5 ਅਤੇ 5 10 ਹਾਂਜੀ ਸਰ, 5-5 ਰੁਪਏ ਦੇ ਸਕਦਾ ਹਾਂ। ਹੁਣ ਬਚੇ 6 ਰੁਪਏ। ਬਲਵੀਰ ਬੇਟਾ, ਤੁਸੀਂ 5-5 ਰੁਪਏ ਹੋਰ ਦੇ ਸਕਦੇ ਹੋ? ਨਹੀਂ ਸਰ,
ਬੱਚਿਆਂ ਨੂੰ 2-2 ਰੁਪਏ ਦੇ ਸਕਦੇ ਹੋ? 2 ਅਤੇ 2, 4 ਹਾਂਜੀ ਸਰ, 2-2 ਰੁਪਏ ਦੇ ਸਕਦਾ ਹਾਂ। ਹੁਣ ਬਚੇ 2 ਰੁਪਏ। ਬਲਵੀਰ, ਹੁਣ ਕਿੰਨੇ ਰੁਪਏ ਦੇ ਸਕਦੇ ਹਾਂ? ਸਰ ਜੀ, ਹੁਣ ਮੈਂ 1-1 ਰੁਪਏ ਦਾ ਨੋਟ ਦੇਵਾਂਗਾ। ਮੇਰੇ ਕੋਲ 48 ਰੁਪਏ ਹਨ। 3 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣੇ ਹਨ। ਦੱਸੋ ਹਰੇਕ ਨੂੰ ਕਿੰਨੇ ਰੁਪਏ ਆਣਗੇ? ਪਤਾ ਨਹੀਂ। ਜਸਵੀਰ, ਦਲਵੀਰ, ਕੁਲਵੀਰ ਅਤੇ ਬਲਵੀਰ, ਤੁਸੀਂ ਅੱਗੇ ਆਓ। ਬਲਵੀਰ ਬੇਟਾ, ਤੁਸੀਂ ਦਿੱਤੇ ਹੋਏ ਕਰੰਸੀ ਨੋਟਾਂ ਵਿੱਚੋਂ 48 ਰੁਪਏ ਚੁੱਕੋ ਅਤੇ ਇਹਨਾਂ ਨੂੰ ਜਸਵੀਰ, ਦਲਵੀਰ ਅਤੇ ਕੁਲਵੀਰ ਵਿੱਚ ਵੰਡੋ। ਜੀ ਸਰ। ਕੀ ਤੁਸੀਂ ਤਿੰਨੋਂ ਬੱਚਿਆਂ ਨੂੰ 10-10 ਰੁਪਏ ਦੇ ਸਕਦੇ ਹੋ? 10 ਅਤੇ 10, 20 ਅਤੇ 10, 30। ਹਾਂਜੀ ਸਰ, 10-10 ਰੁਪਏ ਦੇ ਸਕਦਾ ਹਾਂ। ਹੁਣ ਬਚੇ 18 ਰੁਪਏ। ਬਲਵੀਰ ਬੇਟਾ, ਕੀ ਤੁਸੀਂ ਤਿੰਨੋਂ ਬੱਚਿਆਂ ਨੂੰ 5-5 ਰੁਪਏ ਦੇ ਸਕਦੇ ਹੋ? 5 ਅਤੇ 5, 10, 10 ਅਤੇ 5, 15। ਹਾਂਜੀ ਸਰ, 5-5 ਰੁਪਏ ਦੇ ਸਕਦਾ ਹਾਂ। ਹੁਣ ਬਚੇ 3 ਰੁਪਏ। ਬਲਵੀਰ ਬੇਟਾ, ਕੀ ਤੁਸੀਂ 2-2 ਰੁਪਏ ਦੇ ਸਕਦੇ ਹੋ? ਨਹੀਂ ਸਰ, 2 ਅਤੇ 2, 4, 4 ਅਤੇ 2, 6, ਇਹ ਤਾਂ 3 ਤੋਂ ਵੱਧ ਹੋ ਜਾਣਗੇ। ਹੁਣ ਤੁਸੀਂ ਤਿੰਨਾਂ ਬੱਚਿਆਂ ਨੂੰ ਕਿੰਨੇ-ਕਿੰਨੇ ਰੁਪਏ ਦੇਵੋਗੇ? ਸਰ ਜੀ, ਹੁਣ ਮੈਂ 1-1 ਰੁਪਏ